ਅਸਲਾਮੁਅਲੈਕਮ ਸਭ ਦੋਸਤਾਂ ਨੂੰ ਹਿੱਟ ਰਿਵਿਊ ਦੀ ਤਰਫੋਂ। ਅੱਜ ਫਿਰ ਅਸੀਂ ਆਪਣੇ ਖੇਤਾਂ 'ਚ ਆਏ ਹਾਂ ਨਈ ਵੀਡੀਓ ਦੇ ਨਾਲ, ਨਏ ਵਲੋਗ ਦੇ ਨਾਲ, ਨਏ ਰਿਵਿਊ ਦੇ ਨਾਲ। ਠੀਕ ਹੈ ਜੀ, ਉਮੀਦ ਹੈ ਸਭ ਦੋਸਤ ਠੀਕ ਠਾਕ ਹੋਣਗੇ। ਇਹ ਜ਼ਮੀਨ ਬਾਰਿਸ਼ ਨਾਲ ਤਰ ਹੋਈ ਹੈ ਪੂਰੀ, ਅਤੇ ਅਜੇ ਤੱਕ ਵੱਤਰ ਨਹੀਂ ਆਈ। ਇਹਦੇ ਵਿੱਚ ਜਵਾਰ ਮੱਕੀ ਬੀਜਣ ਦਾ ਇਰਾਦਾ ਸਾਡਾ, ਅਤੇ ਇਹ ਜਿਹੜੀ ਇਹਦੇ 'ਚ ਚਾਰਾ ਵਗੈਰਾ ਬੀਜਾਂਗੇ, ਕਾਸ਼ਤ ਕਰਾਂਗੇ ਅੱਗੇ ਇੱਕ ਮਾਹ ਦੇ ਅੱਗੇ ਵੀ ਵੀਡੀਓ 'ਚ ਤੁਸੀਂ ਵੇਖਿਆ ਹੋਣਾ। ਅਤੇ ਦੂਸਰੀ ਵੀਡੀਓ ਫਿਰ ਆ ਗਈ ਇਹਦੀ, ਤਕਰੀਬਨ ਦੋ ਤਿੰਨ ਵੀਡੀਓ ਇਹਦੀਆਂ ਪਾਈਆਂ ਮੈਂ ਬਣਾ ਕੇ। ਖੁਸ਼ਹਾਲੀ ਹੋਈ ਹੈ ਥੋੜ੍ਹੀ ਜੀ ਬਾਰਿਸ਼ ਹੋਣ ਦੀ ਵਜ੍ਹਾ ਤੋਂ, ਅਤੇ ਬਿਹਤਰੀਨ ਮੌਸਮ ਹੋ ਗਿਆ। ਗਰਮੀ ਤਾਂ ਹੈ ਲੇਕਿਨ ਜਿਹੜਾ ਫਸਲ ਆ ਉਹ ਥੋੜ੍ਹੀ ਜਿਹੀ ਗਰੋਥ ਕਰ ਰਹੀ ਹੈ, ਇਸ ਟਾਈਮ ਬਿਹਤਰ ਹੋ ਗਿਆ। ਪਹਿਲੇ ਨਾ ਬਹੁਤ ਗਰਮੀ ਸੀ, ਹੀਟ ਵੇਵ ਸੀ ਬਹੁਤ, ਅਤੇ ਓਏ ਉਹ ਆ ਜਾ ਰੇ। ਠੀਕ ਹੈ, ਡੋਗ ਜਾ ਰਿਹਾ, ਕੋਈ ਚੀਜ਼ ਨਜ਼ਰ ਆਈ ਉਹਨੂੰ ਅਤੇ ਸੁਣਦਾ ਨਹੀਂ ਪਿਆ। ਚੱਲ ਆ ਜਾ ਵਾਪਸ, ਆ ਜਾ ਲੇ ਟੈਗਰ, ਓਏ ਆ ਜਾ। ਅਤੇ ਚਲ ਗਿਆ ਦੂਰ ਦੇ ਸ਼ਿਕਾਰ ਦੇ ਚੱਕਰ 'ਚ। ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਨੈਕਸਟ ਵੀਡੀਓ ਦੀ, ਤਾਂ ਕਿ ਤੁਹਾਨੂੰ ਮਿਲਦੀ ਰਹੇ, ਸਾਡੇ ਨਾਲ ਜੁੜੇ ਰਹੋ ਤੁਸੀਂ। ਠੀਕ ਹੈ, ਅਤੇ ਇਹ ਵੀਡੀਓ ਇੰਨੀ ਕਿ ਦੋ ਤਿੰਨ ਮਿੰਟ ਦੀ ਬਣਾਉਣੀ, ਅਸੀਂ ਨੈਕਸਟ ਵੀਡੀਓ ਵੱਡੀ ਜਾਣੀ ਲੰਮੀ ਥੋੜ੍ਹੀ ਜਿਹੀ ਬਣਾਵਾਂਗੇ, ਤੁਹਾਡਾ ਵੀ ਟਾਈਮ ਜਿਹੜਾ ਜ਼ਾਇਆ ਨਾ ਹੋਵੇ। ਅਤੇ ਕੋਸ਼ਿਸ਼ ਕਰਿਆ ਕਰੋ ਸਬਸਕ੍ਰਾਈਬ ਕਰਨ ਦੀ, ਲਾਈਕ ਕਰਨ ਦੀ, ਤਾਂ ਕਿ ਸਾਡੀ ਥੋੜ੍ਹੀ ਜਿਹੀ ਗਰੋਥ ਵਧੇ, ਅਸੀਂ ਮਜ਼ੀਦ ਅੱਗੇ ਵਧੀਏ। ਅਤੇ ਤੁਹਾਡੇ ਭੈਣ ਭਰਾਵਾਂ ਦੇ ਦੋਸਤਾਂ ਦੇ ਸਾਥ ਨਾਲ ਹੀ ਹੈ। ਇਨਸ਼ਾਅੱਲਾ ਨੈਕਸਟ ਵੀਡੀਓ 'ਚ ਮੁਲਾਕਾਤ ਹੁੰਦੀ ਹੈ ਕਿਸੇ ਨਵੀਂ ਜਗ੍ਹਾ 'ਤੇ, ਨਵੀਂ ਚੀਜ਼ ਦੀ ਨਵੀਂ। ਟਿੱਡੀਆਂ ਮਗਰ ਉੱਡ ਕੇ ਫਿਰਦੇ ਪੈਣ ਨੂੰ। ਨਾਸ਼ਾ ਨਾਸ਼ਾ।